ਆਵਾਜ਼ ਸੁਣੀਏ ਅਰਨੇਸਟ ਹੈਮਿੰਗਵੇ ਦੀ 1927 ਵਿੱਚ ਲਿਖੀ ਕਹਾਣੀ ਇਨ ਅਨਦਰ ਕੰਟਰੀ ਦਾ ਪੰਜਾਬੀ ਹਨਵਾਦ ਦੂਸਰੇ ਦੇਸ਼ ਵਿੱਚ ਇਹ ਅਨੁਵਾਦ ਚਰਨ ਗਿਲਜੀ ਨੇ ਕੀਤਾ ਹੈ ਤੇ ਬਾਤ ਤੁਸੀਂ ਸੁਣ ਰਹੇ ਹੋ ਜਗਸੀਰ ਦੀ ਪਤਚੜ ਦੇ ਰੁੱਤੇ ਵੀ ਉੱਥੇ ਲੜਾਈ ਚੱਲ ਰਹੀ ਸੀ ਪਰ ਅਸੀਂ ਉੱਥੇ ਫਿਰ ਨਹੀਂ ਗਏ ਪਤਚੜ ਰੁੱਤੇ ਵਿੱਚ ਮਿਲਾਨ ਬੇहद ਠੰਡਾ ਸੀ ਤੇ ਹਨੇਰਾ ਬਹੁਤ ਜਲਦੀ ਹੋ ਜਾਂਦਾ ਸੀ ਫਿਰ ਬਿਜਲੀ ਦੇ ਬੱਲਬ ਜਗ ਪਏ ਤੇ ਸੜਕਾਂ ਦੇ ਕੰਡੇ ਦੀਆਂ ਬਾਰੀਆਂ ਵਿੱਚ ਵੇਖਣਾ ਸੁਖਦਈ ਹੋ ਗਿਆ ਸੀ ਬਹੁਤ ਸਾਰਾ ਸ਼ਿਕਾਰ ਬਾਰੀਆਂ ਦੇ ਬਾਹਰ ਲਟਕਿਆ ਸੀ ਲੂੰਬੜੀਆਂ ਦੀ ਖੱਲ ਉੱਤੇ ਬਰਫ਼ ਦਾ ਚੂਰਾ ਚੜ ਗਿਆ ਸੀ ਤੇ ਹਵਾ ਉਹਨਾਂ ਦੀਆਂ ਪੂਛਾਂ ਨੂੰ ਹਿਲਾ ਰਹੀ ਸੀ ਆਕੜੇ ਹੋਏ ਭਾਰੀ ਤੇ ਖਾਲੀ ਹਿਰਨ ਲੰਮਕੇ ਹੋਏ ਸਨ ਛੋਟੀਆਂ ਜਿਹੜੀਆਂ ਹਵਾ ਵਿੱਚ ਉੱਡ ਰਹੀਆਂ ਸਨ ਤੇ ਹਵਾ ਉਹਨਾਂ ਦੇ ਖੰਭਾਂ ਨੂੰ ਉਲਟਾ ਪਲਟਾ ਰਹੀ ਸੀ ਇੱਕ ਬੇਹੱਦ ਠੰਡੀ ਪਤ ਚੜਦੀ ਰੁੱਤ ਸੀ ਤੇ ਹਵਾ ਪਹਾੜਾਂ ਤੋਂ ਉੱਤਰ ਕੇ ਆ ਰਹੀ ਸੀ ਅਸੀਂ ਸਾਰੇ ਹਰ ਰੋਜ਼ ਬਾਅਦ ਦੁਪਹਿਰ ਹਸਪਤਾਲ ਵਿੱਚ ਹੁੰਦੇ ਤੇ ਅੱਥਨੇ ਸ਼ਹਿਰ ਤੋਂ ਹਸਪਤਾਲ ਤੱਕ ਪੈਦਲ ਜਾਣ ਦੇ ਕਈ ਰਸਤੇ ਸਨ। ਉਹਨਾਂ ਵਿੱਚੋਂ ਦੋ ਰਸਤੇ ਨਹਿਰ ਦੇ ਨਾਲ-ਨਾਲ ਜਾਂਦੇ ਸਨ ਪਰ ਉਹ ਲੰਬੇ ਸਨ। ਹਸਪਤਾਲ ਵਿੱਚ ਵੜਨ ਲਈ ਤੁਸੀਂ ਹਮੇਸ਼ਾ ਨਹਿਰ ਉੱਤੇ ਬਣੇ ਇੱਕ ਪੁਲ ਨੂੰ ਪਾਰ ਕਰਦੇ ਸੀ। ਤਿੰਨ ਪੁਲਾਂ ਵਿੱਚੋਂ ਇੱਕ ਚੁਣਨਾ ਹੁੰਦਾ ਸੀ। ਉਹਨਾਂ ਵਿੱਚੋਂ ਇੱਕ ਉੱਤੇ ਇੱਕ ਔਰਤ ਪੁੰਨੇ ਹੋਏ ਚੈਸਟਨਟ ਵੇਚਿਆ ਕਰਦੀ ਸੀ। ਉਸ ਦੇ ਕੋਲ ਕੋਲਿਆਂ ਦੀ ਅੱਗ ਦੇ ਕੋਲ ਖੜੇ ਹੋਣਾ ਨਿੱਕ ਦਿੰਦਾ ਸੀ। ਅਤੇ ਬਾਅਦ ਵਿੱਚ ਤੁਹਾਡੀ ਜੇਬ ਵਿੱਚ ਚੈਸਟਨਟ ਗਰਮ ਰਹਿੰਦੇ ਸਨ ਹਸਪਤਾਲ ਬਹੁਤ ਪੁਰਾਣਾ ਸੀ ਤੇ ਬਹੁਤ ਹੀ ਸੁੰਦਰ ਸੀ ਤੇ ਤੁਸੀਂ ਇੱਕ ਫਾਟਕ ਵੱਲੋਂ ਵੜਦੇ ਤੇ ਅੱਗੇ ਚੱਲ ਕੇ ਇੱਕ ਵੇੜਾ ਪਾਰ ਕਰਦੇ ਅਤੇ ਦੂਜੇ ਫਾਟਕ ਰਾਹੀਂ ਦੂਜੇ ਪਾਸੇ ਬਾਹਰ ਨਿਕਲ ਜਾਂਦੇ ਅਕਸਰ ਵੇੜੇ ਵੱਲੋਂ ਜਨਾਜ਼ੇ ਸ਼ੁਰੂ ਹੋ ਰਹੇ ਹੁੰਦੇ ਪੁਰਾਣੇ ਹਸਪਤਾਲ ਦੇ ਪਾਰ ਇੱਟਾਂ ਦੇ ਬੜੇ ਨਵੇਂ ਪੰਡਾਲ ਸਨ ਤੇ ਉੱਥੇ ਅਸੀਂ ਹਰ ਰੋਜ਼ ਬਾਅਦ ਦੁਪਹਿਰ ਮਿਲਦੇ ਅਸੀਂ ਸਾਰੇ ਬੇਹੱਦ ਬਾਅਦਬ ਸਾਂ ਤੇ ਜੋ ਵੀ ਮਾਮਲਾ ਹੁੰਦਾ ਉਸ ਵਿੱਚ ਦਿਲਚਸਪੀ ਲੈਂਦੇ ਤੇ ਉਹਨਾਂ ਮਸ਼ੀਨਾਂ ਵਿੱਚ ਵੀ ਬੈਠਦੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਫਰਕ ਪਾ ਦੇਣਾ ਹੁੰਦਾ ਸੀ ਡਾਕਟਰ ਉਸ ਮਸ਼ੀਨ ਦੇ ਕੋਲ ਆਇਆ ਜਿੱਥੇ ਮੈਂ ਬੈਠਾ ਸੀ ਤੇ ਬੋਲਿਆ ਲੜਾਈ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਸਭ ਤੋਂ ਵੱਧ ਪਸੰਦ ਸੀ ਕੀ ਤੁਸੀਂ ਕੋਈ ਖੇਡ ਖੇਡਦੇ ਸੀ ਹਾਂਜੀ ਫੁੱਟਬਾਲ ਮੈਂ ਕਿਹਾ ਬਹੁਤ ਅੱਛਾ ਉਹ ਬੋਲਿਆ ਤੁਸੀਂ ਦੁਬਾਰਾ ਫੁੱਟਬਾਲ ਖੇਡਣ ਦੇ ਲਾਇਕ ਹੋ ਜਾਓਗੇ ਪਹਿਲਾਂ ਨਾਲੋਂ ਵੀ ਬਿਹਤਰ ਮੇਰਾ ਗੋਡਾ ਨਹੀਂ ਸੀ ਮੁੜਦਾ ਤੇ ਪੈਰ ਗੋਡੇ ਤੋਂ ਗਿੱਟੇ ਤੱਕ ਬਿਨਾ ਪਿੰਜਨੇ ਦੇ ਸਿੱਧਾ ਡਿੱਗਦਾ ਸੀ ਤੇ ਮਸ਼ੀਨ ਗੋਡੇ ਨੂੰ ਮੋੜਨ ਅਤੇ ਇਸ ਤਰ੍ਹਾਂ ਚਲਾਉਣ ਲਈ ਸੀ ਜਿਵੇਂ ਤਪਈਆ ਸਾਈਕਲ ਚਲਾਉਣੀ ਹੋਵੇ ਪਰ ਗੋਡਾ ਹੁਣ ਤੱਕ ਨਹੀਂ ਸੀ ਮੁੜਦਾ ਤੇ ਇਸ ਦੀ ਬਜਾਏ ਮਸ਼ੀਨ ਜਦੋਂ ਮੋੜਨ ਵਾਲੇ ਭਾਗ ਦੇ ਵੱਲ ਆਉਂਦੀ ਤਾਂ ਝਟਕਾ ਖਾਂਦੀ ਸੀ ਡਾਕਟਰ ਨੇ ਕਿਹਾ ਇਹ ਸਭ ਠੀਕ ਹੋ ਜਾਊਗਾ ਉਹ ਤੁਸੀਂ ਤਾਂ ਕਰਮਾ ਵਾਲੇ ਹੋ ਤੁਸੀਂ ਫੇਰ ਚੈਂਪੀਅਨਾਂ ਵਾਂਗੂ ਫੁੱਟਬਾਲ ਖੇਡੋਗੇ ਦੂਜੀ ਮਸ਼ੀਨ ਵਿੱਚ ਇੱਕ ਮੇਜਰ ਸੀ ਜਿਸ ਦਾ ਇੱਕ ਹੱਥ ਇੱਕ ਬੱਚੇ ਦੀ ਤਰ੍ਹਾਂ ਛੋਟਾ ਸੀ ਉਸ ਦਾ ਹੱਥ ਜਮੜੇ ਦੇ ਦੋ ਫੀਤਿਆਂ ਵਿੱਚ ਸੀ ਜੋ ਉੱਤੇ-ਥੱਲੇ ਹੁੰਦੇ ਰਹਿੰਦੇ ਸਨ ਤੇ ਉਸ ਦੀਆਂ ਸਖਤ ਉਂਗਲਾਂ ਨੂੰ ਥਪਤਪਾਉਂਦੇ ਸੀ ਜਦੋਂ ਡਾਕਟਰ ਨੇ ਉਸ ਦੇ ਹੱਥ ਨੂੰ ਦੇਖਿਆ ਤਾਂ ਉਸ ਨੇ ਮੈਨੂੰ ਅੱਖ ਮਾਰੀ ਤੇ ਕਿਹਾ ਤੇ ਮੈਂ ਫੁੱਟਬਾਲ ਖੇਡੂਗਾ ਕਪਤਾਨ ਡਾਕਟਰ ਉਹ ਇੱਕ ਮਹਾਨ ਤਲਵਾਰਬਾਜ਼ ਰਿਹਾ ਸੀ ਤੇ ਲੜਾਈ ਤੋਂ ਪਹਿਲਾਂ ਉਹ ਇਟਲੀ ਦਾ ਸਭ ਤੋਂ ਮਹਾਨ ਤਲਵਾਰਬਾਜ਼ ਸੀ ਡਾਕਟਰ ਪਿੱਛੇ ਦੇ ਕਮਰੇ ਵਿੱਚ ਆਪਣੇ ਦਫ਼ਤਰ ਵਿੱਚ ਗਿਆ ਤੇ ਉੱਥੋਂ ਇੱਕ ਤਸਵੀਰ ਲੈ ਆਇਆ ਉਸ ਵਿੱਚ ਇੱਕ ਹੱਥ ਵਿਖਾਇਆ ਗਿਆ ਸੀ ਜੋ ਮਸ਼ੀਨੀ ਇਲਾਜ ਲੈਣ ਤੋਂ ਪਹਿਲਾਂ ਲਗਭਗ ਮੇਜਰ ਦੇ ਹੱਥ ਜਿੰਨਾ ਕੁ ਮਲਾਇਆ ਤੇ ਛੋਟਾ ਸੀ ਤੇ ਬਾਅਦ ਵਿੱਚ ਥੋੜਾ ਵੱਡਾ ਹੋ ਗਿਆ ਸੀ ਮੇਜਰ ਨੇ ਤਸਵੀਰ ਆਪਣੇ ਹੱਥ ਨਾਲ ਚੁੱਕੀ ਤੇ ਉਸ ਨੂੰ ਬੜੇ ਧਿਆਨ ਨਾਲ ਦੇਖਿਆ ਇਹ ਜ਼ਖਮ ਉਸਨੇ ਪੁੱਛਿਆ ਇਹ ਉਦਯੋਗਿਕ ਹਾਦਸਾ ਸੀ ਡਾਕਟਰ ਨੇ ਕਿਹਾ ਅੱਛਾ ਕਾਫੀ ਦਿਲਚਸਪ ਹੈ ਮੇਜਰ ਬੋਲਿਆ ਤੇ ਉਸਨੇ ਤਸਵੀਰ ਡਾਕਟਰ ਨੂੰ ਦੇ ਦਿੱਤੀ ਤੁਹਾਨੂੰ ਵਿਸ਼ਵਾਸ ਹੈ ਨਾ ਮੇਜਰ ਨੇ ਕਿਹਾ ਮੇਰੀ ਹੀ ਉਮਰ ਦੇ ਤਿੰਨ ਮੁੰਡੇ ਹੋਰ ਸਨ ਜੋ ਰੋਜ਼ ਇੱਥੇ ਹੁੰਦੇ ਸਨ ਉਹ ਤਿੰਨੋਂ ਹੀ ਮੁਲਾਣ ਤੋਂ ਸਨ ਤੇ ਉਹਨਾਂ ਵਿੱਚੋਂ ਇੱਕ ਨੇ ਵਕੀਲ ਬਾਨਣਾ ਸੀ ਇੱਕ ਨੇ ਚਿੱਤਰਕਾਰ ਤੇ ਇੱਕ ਨੇ ਸੈਨਿਕ ਬਾਨ ਦਾ ਇਰਾਦਾ ਬਣਾਇਆ ਹੋਇਆ ਸੀ ਜਦੋਂ ਅਸੀਂ ਮਸ਼ੀਨਾਂ ਤੋਂ ਛੁੱਟੀ ਪਾ ਲੈਂਦੇ ਤਾਂ ਕਦੇ-ਕਦੇ ਅਸੀਂ ਕੋਵਾ ਕਾਫੀ ਹਾਊਸ ਤੱਕ ਨਾਲ-ਨਾਲ ਚੱਲਦੇ ਜੋ ਕਿ ਸਕਾਲਾਂ ਦੇ ਬਗਲ ਵਿੱਚ ਸੀ ਅਸੀਂ ਕਮਿਊਨਿਸਟ ਬਸਤੀ ਦੇ ਵਿੱਚੋਂ ਹੋ ਕੇ ਛੋਟੇ ਰਾ ਜਾਂਦੇ ਅਸੀਂ ਚਾਰੇ ਇਕੱਠੇ ਰਹਿੰਦੇ ਉੱਥੋਂ ਦੇ ਲੋਕ ਸਾਨੂੰ ਨਫ਼ਰਤ ਕਰਦੇ ਸਨ ਕਿਉਂਕਿ ਅਸੀਂ ਅਫਸਰ ਸਾਂ ਤੇ ਜਦੋਂ ਅਸੀਂ ਲੰਘ ਰਹੇ ਹੁੰਦੇ ਤਾਂ ਕਿਸੇ ਸ਼ਰਾਬਖਾਨੇ ਵੱਲੋਂ ਸਾਨੂੰ ਕੋਈ ਨਾ ਕੋਈ ਗਾਲ ਕੱਢ ਦਿੰਦਾ ਇੱਕ ਹੋਰ ਮੁੰਡਾ ਜੋ ਕਦੇ-ਕਦੇ ਸਾਡੇ ਨਾਲ ਪੈਦਲ ਹੁੰਦਾ ਤੇ ਸਾਡੀ ਗਿਣਤੀ ਪੰਜ ਕਰ ਦਿੰਦਾ ਉਹ ਆਪਣੇ ਚਿਹਰੇ ਤੇ ਰੇਸ਼ਮ ਦਾ ਕਾਲਾ ਰੁਮਾਲ ਬੰਨ੍ਹਦਾ ਸੀ ਕਿਉਂਕਿ ਉਸ ਦਾ ਕੋਈ ਨੱਕ ਨਹੀਂ ਸੀ ਤੇ ਉਸ ਦੇ ਚਿਹਰੇ ਦੀ ਸਰਜਰੀ ਕੀਤੀ ਜਾਣੀ ਸੀ ਉਹ ਸੈਨਿਕ ਅਕਾਦਮੀ ਤੋਂ ਸਿੱਧਾ ਮੁਹਾਜ਼ ਉੱਤੇ ਗਿਆ ਤੇ ਪਹਿਲੀ ਵਾਰ ਮੁਹਾਜ਼ ਉੱਤੇ ਜਾਣ ਦੇ 1 ਘੰਟੇ ਦੇ ਅੰਦਰ ਹੀ ਜ਼ਖਮੀ ਹੋ ਗਿਆ ਉਹਨਾਂ ਨੇ ਉਹਦੇ ਚਿਹਰੇ ਦੀ ਸਰਜਰੀ ਤਾਂ ਕਰ ਦਿੱਤੀ ਲੇਕਿਨ ਉਹ ਇੱਕ ਬੇਹੱਦ ਪ੍ਰਾਚੀਨ ਪਰਿਵਾਰ ਤੋਂ ਸੀ ਤੇ ਉਸ ਦੇ ਨੱਕ ਨੂੰ ਕਦੇ ਸਹੀ ਨਾ ਕਰ ਸਕੇ ਉਹ ਦੱਖਣੀ ਅਮਰੀਕਾ ਚਲਾ ਗਿਆ ਤੇ ਇੱਕ ਬੈਂਕ ਵਿੱਚ ਕੰਮ ਕਰਨ ਲੱਗਾ ਪਰ ਇਹ ਚਿਰ ਪਹਿਲਾਂ ਦੀ ਗੱਲ ਸੀ ਅਤੇ ਉਦੋਂ ਸਾਡੇ ਵਿੱਚ ਕੋਈ ਨਹੀਂ ਜਾਣਦਾ ਸੀ ਕੇ ਬਾਅਦ ਵਿੱਚ ਕੀ ਹੋਣ ਵਾਲਾ ਸੀ ਉਦੋਂ ਅਸੀਂ ਕੇਵਲ ਇਹੀ ਜਾਣਦੇ ਸਾਂ ਕਿ ਲੜਾਈ ਹਮੇਸ਼ਾ ਰਹਿਣ ਵਾਲੀ ਸੀ ਪਰ ਅਸੀਂ ਉੱਥੇ ਹੁਣ ਮੁੜ ਨਹੀਂ ਸੀ ਜਾਣਾ ਸਾਡੇ ਸਾਰਿਆਂ ਕੋਲ ਇੱਕੋ ਜਿਹੇ ਤਗਮੇ ਸਨ ਉਸ ਮੁੰਡੇ ਨੂੰ ਛੱਡ ਕੇ ਜੋ ਆਪਣੇ ਚਿਹਰੇ ਉੱਤੇ ਕਾਲਾ ਰੇਸ਼ਮੀ ਰੁਮਾਲ ਬੰਨ੍ਹਦਾ ਸੀ ਤੇ ਉਹ ਮੁਹਾਦ ਉੱਤੇ ਤਗਮੇ ਲੈ ਸਕਣ ਜਿੰਨੀ ਦੇਰ ਨਹੀਂ ਰਿਹਾ ਸੀ ਬੁਝੇ ਚਿਹਰੇ ਵਾਲਾ ਲੰਮਾ ਮੁੰਡਾ ਜਿਸਨੇ ਵਕੀਲ ਬਾਨਣਾ ਸੀ ਆਰਦੇਤੀ ਦਾ ਲੈਫਟੀਨੈਂਟ ਰਹਿ ਚੁੱਕਾ ਸੀ ਉਸਦੇ ਕੋਲ ਉਸ ਵਰਗੇ ਤਿੰਨ ਤਗਮੇ ਸਨ ਜਿਹੋ ਜਿਹੇ ਸਾਡੇ ਵਿੱਚੋਂ ਹਰੇਕ ਦੇ ਕੋਲ ਕੇਵਲ ਇੱਕ ਇੱਕ ਸੀ ਉਹ ਮੌਤ ਦੇ ਨਾਲ ਬੇਹੱਦ ਲੰਬੇ ਅਰਸੇ ਤੱਕ ਰਿਹਾ ਤੇ ਥੋੜਾ ਨਿਰਲੇਪ ਸੀ ਅਸੀਂ ਸਾਰੇ ਥੋੜੇ ਨਿਰਲੇਪ ਸਾਂ ਤੇ ਅਜਿਹਾ ਕੁਝ ਨਹੀਂ ਸੀ ਜਿਸ ਨੇ ਸਾਨੂੰ ਜੋੜ ਰੱਖਿਆ ਹੋਵੇ ਇਲਾਵਾ ਇਸ ਦੇ ਕਿ ਅਸੀਂ ਹਰ ਰੋਜ਼ ਬਾਅਦ ਦੁਪਹਿਰ ਹਸਪਤਾਲ ਵਿੱਚ ਮਿਲਦੇ ਸਾਂ ਹਾਲਾਂਕਿ ਜਦੋਂ ਅਸੀਂ ਸ਼ਹਿਰ ਦੇ ਮੁਸ਼ਕਲ ਇਲਾਕੇ ਵਿੱਚੋਂ ਹਨੇਰੇ ਵਿੱਚੋਂ ਕੋਵਾਦੇਵਾਲ ਜਾ ਰਹੇ ਹੁੰਦੇ ਤੇ ਸ਼ਰਾਬਖਾਨਿਆਂ ਵਿੱਚੋਂ ਗੌਣ ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਤੇ ਕਦੇ-ਕਦੇ ਸੜਕ ਉੱਤੇ ਉਦੋਂ ਚੱਲਣਾ ਪੈਂਦਾ ਜਦੋਂ ਮਰਦਾਂ ਤੇ ਔਰਤਾਂ ਦੀ ਪੀੜ ਨਾਲ ਫੁੱਟਪਾਥ ਖੜਚਾ ਖੱਚ ਭਰ ਜਾਂਦੀ ਤਾਂ ਸਾਨੂੰ ਅੱਗੇ ਨਿਕਲਣ ਲਈ ਉਹਨਾਂ ਨਾਲ ਖਹਿਣਾ ਪੈਂਦਾ ਉਦੋਂ ਅਸੀਂ ਆਪਣੇ ਆਪ ਨੂੰ ਕਿਸੇ ਅਜੀਹੀ ਚੀਜ਼ ਦੇ ਕਾਰਨ ਆਪਸ ਵਿੱਚ ਜੁੜਿਆ ਮਹਿਸੂਸ ਕਰਦੇ ਜੋ ਉਸ ਦਿਨ ਕੱਟੀ ਹੁੰਦੀ ਤੇ ਜਿਹਨੂੰ ਲੋਕ ਨਹੀਂ ਸਮਝਦੇ ਸਨ ਤੇ ਸਾਡੇ ਨਾਲ ਨਫ਼ਰਤ ਕਰਦੇ ਸਨ ਅਸੀਂ ਸਾਰੇ ਖੁਦ ਕੋਵਾ ਦੇ ਬਾਰੇ ਜਾਣਦੇ ਸਾਂ ਜਿੱਥੇ ਮਾਹੌਲ ਸ਼ਾਨਦਾਰ ਤੇ ਗਰਮ ਸੀ ਤੇ ਜ਼ਿਆਦਾ ਚਮਕਿਲੀ ਰੌਸ਼ਨੀ ਨਹੀਂ ਸੀ ਤੇ ਕੁਝ ਘੰਟਿਆਂ ਵਿੱਚ ਰੌਲਾ ਰੱਪਾ ਤੇ ਧੂਆ ਹੁੰਦਾ ਤੇ ਮੇਜ਼ਾਂ ਉੱਤੇ ਹਮੇਸ਼ਾ ਕੁੜੀਆਂ ਹੁੰਦੀਆਂ ਸਨ ਤੇ ਕੰਡ ਉੱਤੇ ਬਣੇ ਰਾਇਕ ਵਿੱਚ ਸਚਿੱਤਰ ਅਖਬਾਰ ਹੁੰਦੇ ਕੋਵਾਦੀਆਂ ਕੁੜੀਆਂ ਬੇਹੱਦ ਦੇਸ਼ ਭਗਤ ਸਨ ਤੇ ਮੈਂ ਦੇਖਿਆ ਕਿ ਇਟਲੀ ਵਿੱਚ ਕਾਫੀ ਹਾਊਸ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਸਭ ਤੋਂ ਜ਼ਿਆਦਾ ਦੇਸ਼ ਭਗਤ ਸਨ ਮੈਂ ਮੰਨਦਾ ਕਿ ਉਹ ਹੁਣ ਵੀ ਦੇਸ਼ ਭਗਤੀ ਹੀ ਨੇ ਸ਼ੁਰੂ-ਸ਼ੁਰੂ ਵਿੱਚ ਮੁੰਡੇ ਮੇਰੇ ਤਗਮਿਆਂ ਦੇ ਬਾਰੇ ਵਿੱਚ ਬੇਹੱਦ ਪੱਦਰ ਸਨ ਤੇ ਮੇਰੇ ਤੋਂ ਪੁੱਛਦੇ ਕਿ ਮੈਂ ਇਹਨਾਂ ਨੂੰ ਹਾਸਲ ਕਰਨ ਲਈ ਕੀ ਕੀਤਾ ਮੈਂ ਉਹਨਾਂ ਨੂੰ ਆਪਣੇ ਕਾਗਜ਼ ਦਿਖਾਏ ਜੋ ਬੜੀ ਸੁੰਦਰ ਭਾਸ਼ਾ ਵਿੱਚ ਲਿਖੇ ਗਏ ਸਨ ਪਰਾਤ੍ਰਿਪੁਣੇ ਤੇ ਸਵੈ ਕੁਰਬਾਨੀ ਦੀ ਲਫਾਜ਼ੀ ਨਾਲ ਭਰਪੂਰ ਸਨ ਤੇ ਇਹ ਵਿਸ਼ੇਸ਼ਨਾ ਨੂੰ ਹਟਾ ਦੇਣ ਤੋਂ ਬਾਅਦ ਦਰਅਸਲ ਇਹ ਕਹਿੰਦੇ ਸਨ ਕਿ ਮੈਨੂੰ ਤਗਮੇ ਇਸ ਲਈ ਦਿੱਤੇ ਕਿਉਂਕਿ ਮੈਂ ਇੱਕ ਅਮਰੀਕੀ ਸੀ ਇਸ ਦੇ ਬਾਅਦ ਉਹਨਾਂ ਦਾ ਮੇਰੇ ਪ੍ਰਤੀ ਵਤੀਰਾ ਥੋੜਾ ਬਦਲ ਗਿਆ ਹਾਲਾਂਕਿ ਅੱਜ ਨਬੀਆਂ ਦੇ ਮੁਕਾਬਲੇ ਮੈਂ ਉਹਨਾਂ ਦਾ ਮਿੱਤਰ ਸੀ ਜਦੋਂ ਉਹਨਾਂ ਨੇ ਪ੍ਰਸ਼ੰਸਾ ਭਰੀਆਂ ਟਿੱਪਣੀਆਂ ਨੂੰ ਪੜਿਆ ਤਾਂ ਉਸ ਦੇ ਬਾਅਦ ਮੈਂ ਇੱਕ ਮਿੱਤਰ ਤਾਂ ਰਿਹਾ ਪਰ ਹੁਣ ਦਰਅਸਲ ਮੈਂ ਉਹਨਾਂ ਵਿੱਚੋਂ ਇੱਕ ਹਰਗਜ਼ ਨਹੀਂ ਸੀ ਕਿਉਂਕਿ ਉਹਨਾਂ ਦੇ ਨਾਲ ਦੂਜੀ ਗੱਲ ਹੋਈ ਸੀ ਉਹਨਾਂ ਨੇ ਆਪਣੇ ਤਗਮੇ ਪਾਉਣ ਲਈ ਕਾਫੀ ਵੱਖਰੀ ਤਰ੍ਹਾਂ ਦੇ ਕੰਮ ਕੀਤੇ ਸਨ ਮੈਂ ਜ਼ਖਮੀ ਹੋਇਆ ਸੀ ਇਹ ਸੱਚ ਸੀ ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਜ਼ਖਮੀ ਹੋਣਾ ਆਖਿਰਕਾਰ ਇੱਕ ਦੁਰਘਟਨਾ ਸੀ ਹਾਲਾਂਕਿ ਮੈਂ ਫੀਤਿਆਂ ਲਈ ਕਦੇ ਸ਼ਰਮਿੰਦਾ ਨਹੀਂ ਸੀ ਤੇ ਕਦੇ-ਕਦੇ ਕਾਕਟੇਲ ਪਾਰਟੀ ਦੇ ਬਾਅਦ ਕਲਪਨਾ ਕਰਦਾ ਸੀ ਕਿ ਮੈਂ ਵੀ ਉਹ ਸਾਰੇ ਕੰਮ ਕੀਤੇ ਸਨ ਜੋ ਉਹਨਾਂ ਨੇ ਆਪਣੇ ਤਗਮੇ ਲੈ ਲਈ ਕੀਤੇ ਪਰ ਰਾਤ ਨੂੰ ਠੰਡੀ ਹਵਾ ਨਾਲ ਚੁੱਜਦਾ ਖਾਲੀ ਸੜਕਾਂ ਉੱਤੇ ਜਦੋਂ ਮੈਂ ਘਰ ਆ ਰਿਹਾ ਹੁੰਦਾ ਤਾਂ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਤੇ ਮੈਂ ਸਰਕੋ ਤੇ ਲੱਗੀਆਂ ਬੱਤੀਆਂ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਤਦ ਮੈਂ ਜਾਣਦਾ ਸੀ ਕਿ ਮੈਂ ਅਜਿਹੇ ਕੰਮ ਕਦੇ ਨਾ ਕਰ ਪੁੰਦਾ। ਮੈਂ ਮਰਨ ਤੋਂ ਬੇਹੱਦ ਡਰਦਾ ਸੀ ਤੇ ਅਕਸਰ ਰਾਤ ਨੂੰ ਬਿਸਤਰੇ ਉੱਤੇ ਇਕੱਲਾ ਪਿਆ ਰਹਿੰਦਾ। ਮਰਨ ਤੋਂ ਡਰਦਾ ਤੇ ਹੈਰਾਨ ਹੁੰਦਾ ਕਿ ਜਦ ਮੈਂ ਮੁਹਾਜ਼ ਉੱਤੇ ਦੁਬਾਰਾ ਗਿਆ ਤਾਂ ਕੀ ਹੋਵੇਗਾ? ਤਗਮੇ ਵਾਲੇ ਉਹ ਤਿੰਨੋਂ ਸ਼ਿਕਾਰ ਬਾਦ ਸਨ ਤੇ ਮੈਂ ਬਾਦ ਨਹੀਂ ਸੀ। ਹਾਲਾਂਕਿ ਮੈਂ ਉਹਨਾਂ ਨੂੰ ਬਾਦ ਲੱਗ ਸਕਦਾ ਸੀ ਜਿਨ੍ਹਾਂ ਨੇ ਕਦੇ ਸ਼ਿਕਾਰ ਨਹੀਂ ਕੀਤਾ ਸੀ। ਉਹ ਤਿੰਨੋਂ ਬਿਹਤਰ ਜਾਣਦੇ ਸਨ ਇਸ ਲਈ ਅਸੀਂ ਵੱਖ-ਵੱਖ ਹੋ ਗਏ ਪਰ ਮੈਂ ਉਸ ਮੁੰਡੇ ਦਾ ਅੱਛਾ ਮਿੱਤਰ ਬਣਿਆ ਰਿਹਾ ਜੋ ਆਪਣੇ ਪਹਿਲੇ ਦਿਨ ਹੀ ਮੁਹਾਜ਼ ਉੱਤੇ ਜ਼ਖਮੀ ਹੋ ਗਿਆ ਸੀ ਕਿਉਂਕਿ ਹੁਣ ਉਹ ਕਦੇ ਨਹੀਂ ਸੀ ਜਾਣ ਸਕਦਾ ਕਿ ਉਹ ਕਿਹੋ ਜਿਹਾ ਨਿਕਲਦਾ ਮੈਂ ਉਸਨੂੰ ਚੰਦਾ ਸੀ ਕਿਉਂਕਿ ਮੇਰਾ ਮੰਨਣਾ ਸੀ ਕਿ ਸ਼ਾਇਦ ਉਹ ਵੀ ਬਾਦ ਨਾ ਬਣਦਾ ਮੇਜਰ ਜੋ ਮਹਾਨ ਤਲਵਾਰ ਬਾਜ਼ ਰਿਹਾ ਸੀ ਬਹਾਦਰੀ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ ਤੇ ਜਦੋਂ ਅਸੀਂ ਮਸ਼ੀਨਾਂ ਵਿੱਚ ਬੈਠੇ ਹੁੰਦੇ ਤਾਂ ਉਹ ਆਪਣਾ ਕਾਫੀ ਸਮਾਂ ਮੇਰੀ ਵਿਆਕਰਨ ਨੂੰ ਦਰੁਸਤ ਕਰਨ ਵਿੱਚ ਬਤੀਤ ਕਰ ਦਿੰਦਾ ਮੈਂ ਜਿਸ ਤਰ੍ਹਾਂ ਦੀ ਇਤਾਲਵੀ ਬੋਲਦਾ ਸੀ ਉਸ ਦੇ ਲਈ ਉਸ ਨੇ ਮੇਰੀ ਪ੍ਰਸ਼ੰਸਾ ਕੀਤੀ ਤੇ ਅਸੀਂ ਆਪਸ ਵਿੱਚ ਕਾਫੀ ਸੌਖ ਨਾਲ ਗੱਲਾਂ ਕਰਦੇ ਰਹੇ ਇੱਕ ਦਿਨ ਮੈਂ ਕਿਹਾ ਕਿ ਮੈਨੂੰ ਇਤਾਲਵੀ ਇੰਨੀ ਸਰਲ ਭਾਸ਼ਾ ਲੱਗਦੀ ਹੈ ਕਿ ਮੈਂ ਉਸ ਵਿੱਚ ਜ਼ਿਆਦਾ ਰੁਚੀ ਨਹੀਂ ਲੈ ਸਕਦਾ ਸਭ ਕੁਝ ਕਹਿਣ ਵਿੱਚ ਬੇहद ਆਸਾਨ ਸੀ ਹਾਂ ਠੀਕ ਹੈ ਮੇਜਰ ਨੇ ਕਿਹਾ ਤਾਂ ਫਿਰ ਤੂੰ ਵਿਆਕਰਨ ਦੇ ਇਸਤੇਮਾਲ ਨੂੰ ਹੱਥ ਕਿਉਂ ਨਹੀਂ ਪਾਉਂਦਾ ਇਸ ਲਈ ਅਸੀਂ ਵਿਆਕਰਨ ਦੇ ਇਸਤੇਮਾਲ ਨੂੰ ਹੱਥ ਪਾ ਲਿਆ ਤੇ ਜਲਦੀ ਹੀ ਇਤਾਲਵੀ ਇੰਨੀ ਔਖੀ ਭਾਸ਼ਾ ਹੋ ਗਈ ਕਿ ਉਦੋਂ ਤੱਕ ਉਸ ਨਾਲ ਗੱਲ ਕਰਨ ਤੋਂ ਡਰਦਾ ਸੀ ਜਦੋਂ ਤੱਕ ਮੇਰੇ ਦਿਮਾਗ ਵਿੱਚ ਵਿਆਕਰਨ ਦੀ ਤਸਵੀਰ ਸਾਫ਼ ਨਹੀਂ ਸੀ ਹੋ ਜਾਂਦੀ ਮੇਜਰ ਕਾਫੀ ਨੇਮ ਨਾਲ ਹਸਪਤਾਲ ਹੁੰਦਾ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਦਿਨ ਵੀ ਖੁੰਝਿਆ ਹੋਵੇ ਹਾਲਾਂਕਿ ਮੈਨੂੰ ਪੱਕਾ ਪਹੁੰਚਾਏ ਕਿ ਉਸ ਦਾ ਮਸ਼ੀਨਾਂ ਤੇ ਵਿਸ਼ਵਾਸ ਨਹੀਂ ਸੀ ਇੱਕ ਸਮਾਂ ਸੀ ਜਦੋਂ ਸਾਡੇ ਵਿੱਚੋਂ ਕਿਸੇ ਨੂੰ ਵੀ ਮਸ਼ੀਨਾਂ ਤੇ ਭਰੋਸਾ ਨਹੀਂ ਸੀ ਤੇ ਇੱਕ ਦਿਨ ਮੇਜਰ ਨੇ ਕਿਹਾ ਸੀ ਕਿ ਇਹ ਸਭ ਬੇਵਕੂਫੀ ਹੈ ਉਦੋਂ ਮਸ਼ੀਨਾਂ ਨਵੀਆਂ ਸਨ ਤੇ ਅਸੀਂ ਹੀ ਉਹਨਾਂ ਦੀ ਉਪਯੋਗਤਾ ਨੂੰ ਸਿੱਧ ਕਰਨਾ ਸੀ ਇਹ ਇੱਕ ਅਹਿਮ ਕਾਰਨਾ ਵਿਚਾਰ ਸੀ ਮੇਜਰ ਨੇ ਕਿਹਾ ਸੀ ਇੱਕ ਥਿਉਰੀ ਕਿਸੇ ਦੂਜੀ ਤਰ੍ਹਾਂ ਦੀ ਮੈਂ ਆਪਣੀ ਵਿਆਕਰਨ ਨਹੀਂ ਸਿੱਖੀ ਸੀ ਤੇ ਉਸਨੇ ਕਿਹਾ ਕਿ ਮੈਂ ਇੱਕ ਨਾ ਸੁਧਰਨ ਵਾਲਾ ਮੂਰਖ ਤੇ ਕਲੰਕ ਸੀ ਤੇ ਉਹ ਆਪ ਇੱਕ ਮੂਰਖ ਸੀ ਉਸਨੇ ਮੇਰੇ ਨਾਲ ਖਾਮ-ਖਾਮ ਪਰੇਸ਼ਾਨੀ ਮੁੱਲ ਲਈ ਉਹ ਇੱਕ ਛੋਟੇ ਕੱਦ ਦਾ ਵਿਅਕਤੀ ਸੀ ਤੇ ਉਹ ਆਪਣਾ ਚੰਗਾ ਹੱਥ ਮਸ਼ੀਨ ਵਿੱਚ ਘੁਸਾ ਕੇ ਆਪਣੀ ਕੁਰਸੀ ਤੇ ਸਿੱਧਾ ਬੈਠ ਜਾਂਦਾ ਤੇ ਸਿੱਧਾ ਅੱਗੇ ਕੰਦ ਵੱਲ ਦੇਖਦਾ ਜਦੋਂ ਕਿ ਫੀਤਿਆਂ ਵਿੱਚ ਉਸ ਦੀਆਂ ਉਂਗਲਾਂ ਉੱਪਰ-ਹੇਠਾਂ ਬੁੜਕਦੀਆਂ ਜੇ ਲੜਾਈ ਖਤਮ ਹੋ ਗਈ ਤਾਂ ਤੂੰ ਕੀ ਕਰੇਗਾ ਮੈਂ ਅਮਰੀਕਾ ਚਲਾ ਜਾਊਂਗਾ ਤੂੰ ਵਿਆਹਿਆ ਹੋਇਆ ਏ ਨਾ ਪਰ ਮੈਨੂੰ ਉਮੀਦ ਹੈ ਤੂੰ ਹੋਰ ਵੀ ਵੱਡਾ ਮੂਰਖ ਹੈ ਉਸਨੇ ਕਿਹਾ ਉਹ ਬਹੁਤ ਨਾਰਾਜ਼ ਲੱਗਦਾ ਸੀ ਬੰਦੇ ਨੂੰ ਕਦੇ ਵਿਆਹ ਨਹੀਂ ਕਰਾਉਣਾ ਚਾਹੀਦਾ ਕਿਉਂ ਕਿਉਂ ਸਿਗਨਿਓਰ ਮੈਜੀਓਰੇ ਮੈਨੂੰ ਸਿਗਨਿਓਰ ਮੈਜੀਓਰੇ ਨਾ ਕਹੇ ਕਿਉਂ ਬੰਦੇ ਨੂੰ ਵਿਆਹ ਕਿਉਂ ਨਹੀਂ ਕਰਾਉਣਾ ਚਾਹੀਦਾ ਉਹ ਵਿਆਹ ਨਹੀਂ ਕਰਾ ਸਕਦਾ ਉਹ ਵਿਆਹ ਨਹੀਂ ਕਰਾ ਸਕਦਾ ਉਸਨੇ ਗੁੱਸੇ ਨਾਲ ਕਿਹਾ ਜੇਕਰ ਉਸਨੇ ਸਭ ਕੁਝ ਗਵਾਉਣਾ ਹੀ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਸਭ ਗੁਆ ਲ ਦੇਣ ਦੀ ਹਾਲਤ ਵਿੱਚ ਨਹੀਂ ਲਿਆਉਣਾ ਚਾਹੀਦਾ ਉਸ ਨੂੰ ਆਪਣੇ ਆਪ ਨੂੰ ਗਵਾ ਦੇਣ ਦੀ ਹਾਲਤ ਵਿੱਚ ਕਦੇ ਵੀ ਨਹੀਂ ਲਾਉਣਾ ਚਾਹੀਦਾ ਉਸ ਨੂੰ ਉਹ ਕੁਝ ਲੱਭਣਾ ਚਾਹੀਦਾ ਏ ਜੋ ਉਹ ਗਵਾ ਨਹੀਂ ਸਕਦਾ ਉਹ ਬਹੁਤ ਗੁੱਸੇ ਅਤੇ ਗੜਤਨ ਨਾਲ ਬੋਲ ਰਿਹਾ ਸੀ ਤੇ ਬੋਲਦੇ ਵਕਤ ਸਿੱਧਾ ਸਾਹਮਣੇ ਵੇਖ ਰਿਹਾ ਸੀ ਪਰ ਇਹ ਜਿਹਾ ਕਿਉਂ ਹੈ ਕਿ ਉਹ ਉਸ ਨੂੰ ਜ਼ਰੂਰ ਹੀ ਗਵਾ ਦੇਵੇਗਾ ਉਹ ਉਸ ਨੂੰ ਗਵਾ ਦੇਵੇਗਾ ਮੇਜਰ ਨੇ ਕਿਹਾ ਉਹ ਕੰਧ ਵੱਲ ਦੇਖੀ ਜਾ ਰਿਹਾ ਸੀ ਫਿਰ ਉਸਨੇ ਹੇਠਾਂ ਮਸ਼ੀਨ ਵੱਲ ਦੇਖਿਆ ਤੇ ਝਟਕੇ ਨਾਲ ਆਪਣਾ ਛੋਟਾ ਹੱਥ ਫੀਤਿਆਂ ਵਿੱਚੋਂ ਕੱਢ ਲਿਆ ਤੇ ਉਸ ਨੂੰ ਆਪਣੇ ਪੱਟ ਉੱਤੇ ਜ਼ੋਰ ਨਾਲ ਮਾਰਿਆ ਉਸ ਨੂੰ ਗਵਾਹ ਦੇਗਾ ਉਹ ਲਗਭਗ ਜੀਖਿਆ ਮੇਰੇ ਨਾਲ ਬੈਠਣਾ ਕਰ ਫਿਰ ਉਸਨੇ ਨੌਕਰ ਨੂੰ ਹਾਕ ਮਾਰੀ ਜੋ ਮਸ਼ੀਨਾਂ ਚਲਾਉਂਦਾ ਸੀ ਇਧਰ ਆ ਇਹਨੂੰ ਬੰਦ ਕਰ ਕੋਲੈਣੀ ਨੂੰ ਉਹ ਹਲਕੇ ਇਲਾਜ ਤੇ ਮਾਲਿਸ਼ ਲਈ ਵਾਪਸ ਦੂਜੇ ਕਮਰੇ ਵਿੱਚ ਚਲਾ ਗਿਆ ਫਿਰ ਮੈਂ ਉਸ ਨੂੰ ਡਾਕਟਰ ਕੋਲੋਂ ਪੁੱਛਦੇ ਸੁਣਿਆ ਸੀ ਕਿ ਕੀ ਉਹ ਉਸ ਦਾ ਟੈਲੀਫੋਨ ਵਰਤ ਸਕਦਾ ਹੈ ਤੇ ਫਿਰ ਉਸਨੇ ਬੂਹਾ ਬੰਦ ਕਰ ਦਿੱਤਾ ਜਦੋਂ ਮੈਂ ਵਾਪਸ ਕਮਰੇ ਵਿੱਚ ਆਇਆ ਤਾਂ ਮੈਂ ਦੂਜੀ ਮਸ਼ੀਨ ਵਿੱਚ ਬੈਠਾ ਸੀ ਉਸਨੇ ਆਪਣਾ ਲਬਾਦਾ ਤੇ ਟੋਪੀ ਪਾਈ ਹੋਈ ਸੀ ਤੇ ਉਹ ਸਿੱਧਾ ਮੇਰੀ ਮਸ਼ੀਨ ਕੋਲ ਆਇਆ ਤੇ ਮੇਰੇ ਮੋਢੇ ਉੱਤੇ ਆਪਣੀ ਬਾਹ ਰੱਖ ਦਿੱਤੀ ਮੈਨੂੰ ਬੇਹੱਦ ਦੁੱਖ ਹੈ ਉਸਨੇ ਕਿਹਾ ਤੇ ਆਪਣੇ ਚੰਗੇ ਹੱਥ ਨਾਲ ਮੇਰੇ ਮੋਢੇ ਨੂੰ ਥਪਥਪਾਇਆ ਮੈਨੂੰ ਕੁਰਖਤ ਨਹੀਂ ਹੋਣਾ ਚਾਹੀਦਾ ਸੀ ਮੇਰੀ ਪਤਨੀ ਦੀ ਮੌਤ ਹਾਲੀ ਵਿੱਚ ਹੋਈ ਮੈਨੂੰ ਮਾਫ਼ ਕਰਦੇ ਉਹ ਮੈਂ ਉਸਦੇ ਲਈ ਦੁਖੀ ਹੁੰਦੇ ਕਿਹਾ ਮੈਨੂੰ ਵੀ ਬੇਹੱਦ ਦੁੱਖ ਹੈ ਉਹ ਆਪਣਾ ਹੇਠਲਾ ਬੋਲ ਟੁੱਕਦਾ ਉੱਥੇ ਹੀ ਖੜਾ ਸੀ ਇਹ ਬਹੁਤ ਔਖਾ ਏ ਉਸਨੇ ਕਿਹਾ ਮੈਨੂੰ ਸਹਿ ਨਹੀਂ ਸਕਦਾ ਉਹ ਸਿੱਧਾ ਮੇਰੇ ਤੋਂ ਪਾਰ ਅਤੇ ਖਿੜਕੀ ਤੋਂ ਬਾਹਰ ਦੇਖਣ ਲੱਗਿਆ ਫਿਰ ਉਸਨੇ ਰੋਣਾ ਸ਼ੁਰੂ ਕੀਤਾ ਮੈਂ ਇਸ ਨੂੰ ਸਹਿ ਨਹੀਂ ਸਕਦਾ ਉਸਨੇ ਕਿਹਾ ਤੇ ਉਸ ਦਾ ਗੱਜ ਪਰ ਆਇਆ ਅਤੇ ਫਿਰ ਰੋਂਦੇ ਹੋਏ ਆਪਣੇ ਉੱਪਰ ਨੂੰ ਕੀਤੇ ਹੋਏ ਸਿਰ ਨਾਲ ਖਾਲੀਪਣ ਵਿੱਚ ਝਾਕਦੇ ਹੋਏ ਆਪਣੇ ਆਪ ਨੂੰ ਸਿੱਧਾ ਤੇ ਫੌਜੀ ਜਵਾਨਾਂ ਦੀ ਤਰ੍ਹਾਂ ਤਕੜਾ ਕਰਦੇ ਹੋਏ ਦੋਨੋਂ ਗੱਲਾਂ ਉੱਪਰ ਅਥਰੂ ਅਟਕਾਈ ਅਤੇ ਆਪਣੇ ਬੁੱਲਾਂ ਨੂੰ ਟੁੱਕਦੇ ਹੋਏ ਉਹ ਮਸ਼ੀਨਾਂ ਤੋਂ ਅੱਗੇ ਨਿਕਲ ਗਿਆ ਤੇ ਬੂਹੇ ਤੋਂ ਬਾਹਰ ਹੋ ਗਿਆ ਡਾਕਟਰ ਨੇ ਮੈਨੂੰ ਦੱਸਿਆ ਕਿ ਮੇਜਰ ਦੀ ਪਤਨੀ ਜੋ ਜਵਾਨ ਸੀ ਅਤੇ ਜਿਸਦੇ ਨਾਲ ਉਸਨੇ ਉਦੋਂ ਤੱਕ ਵਿਆਹ ਨਹੀਂ ਕੀਤਾ ਜਦੋਂ ਤੱਕ ਉਹ ਪੱਕੀ ਤਰ੍ਹਾਂ ਲੜਾਈ ਲਈ ਅਯੋਗ ਨਹੀਂ ਠਹਿਰਾ ਦਿੱਤਾ ਗਿਆ ਉਸਦੀ ਪਤਨੀ ਨਮੂਨਿਆਂ ਨਾਲ ਮਰ ਗਈ ਸੀ ਉਹ ਕੇਵਲ ਕੁਝ ਦਿਨ ਹੀ ਬਿਮਾਰ ਰਹੀ ਸੀ ਕਿ ਸਾਨੂੰ ਦੀ ਮੌਤ ਦਾ ਅੰਦੇਸ਼ਾ ਨਹੀਂ ਸੀ ਮੇਜਰ ਤਿੰਨ ਦਿਨ ਹਸਪਤਾਲ ਨਹੀਂ ਆਇਆ ਜਦੋਂ ਉਹ ਵਾਪਸ ਆਇਆ ਤਾਂ ਕੰਦ ਉੱਤੇ ਚਾਰੇ ਪਾਸੇ ਮਸ਼ੀਨਾਂ ਨਾਲ ਠੀਕ ਕਰ ਦਿੱਤੇ ਜਾਣ ਤੋਂ ਪਹਿਲਾਂ ਤੇ ਬਾਅਦ ਦੀਆਂ ਹਰ ਤਰ੍ਹਾਂ ਦੇ ਜ਼ਖਮਾਂ ਦੀਆਂ ਫਰੇਮ ਕੀਤੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲਮਕਦੀਆਂ ਸਨ ਜੋ ਮਸ਼ੀਨ ਮੇਜਰ ਇਸਤੇਮਾਲ ਕਰਦਾ ਸੀ ਉਸ ਦੇ ਸਾਹਮਣੇ ਉਸ ਦੇ ਹੱਥ ਵਰਗੇ ਹੱਥਾਂ ਦੀਆਂ ਤਿੰਨ ਤਸਵੀਰਾਂ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਗਿਆ ਸੀ ਮੈਂ ਨਹੀਂ ਜਾਣਦਾ ਡਾਕਟਰ ਉਹ ਕਿੱਥੋਂ ਲਿਆਇਆ ਮੈਂ ਹਮੇਸ਼ਾ ਸਮਝਦਾ ਸੀ ਕਿ ਮਸ਼ੀਨਾਂ ਦਾ ਇਸਤੇਮਾਲ ਕਰਨ ਵਾਲੇ ਅਸੀਂ ਹੀ ਪਹਿਲੇ ਲੋਕ ਸਾਂ ਤਸਵੀਰਾਂ ਨਾਲ ਮੇਜਰ ਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ ਕਿਉਂਕਿ ਉਹ ਬਸ ਖਿੜਕੀ ਤੋਂ ਬਾਹਰ ਦੇਖਦਾ ਰਹਿੰਦਾ ਸੀ ਦੋਸਤੋ ਤੁਸੀਂ ਸੁਣ ਰਹੇ ਸੀ ਅਰਨੇਸਟ ਹੈਮਿੰਗਵੇ ਦੀ ਲਿਖੀ ਕਹਾਣੀ ਇਨ ਅਨਦਰ ਕੰਟਰੀ ਦਾ ਪੰਜਾਬੀ ਅਨੁਵਾਦ ਦੂਸਰੇ ਦੇਸ਼ ਵਿੱਚ ਇਹ ਅਨੁਵਾਦ ਚਰਨ ਗਿਲ ਜੀ ਨੇ ਕੀਤਾ ਏ ਤੇ ਆਵਾਜ਼ ਹੈ ਜਗਸੀਰ ਦੀ